ਜਿਵੇਂ ਮਨ ਦਾ ਯਾਰ ਬਣਾਈ ਜਾ ਤੈਨੂੰ ਮੈਂ ਇੱਕ ਦੀ ਗੱਲ ਦੱਸਾਂ ਸੋਹਣੇ ਤੂੰ ਦਰੂਦ ਪੁਚਾਈ ਜਾ ਸੱਲੱਲਾਹੁ ਅਲੈਕਾ ਯਾ ਰਸੂਲ ਅੱਲਾ ਵਸੱਲਮ ਅਲੈਕਾ ਯਾ ਹਬੀਬ ਅੱਲਾ ਕਦੀ ਸਦਲੋ ਮਦੀਨੇ ਸਰਕਾਰ ਅੱਖੀਆਂ ਤਰਸ ਗਈਆਂ ਤੇਰਾ ਵਸਦਾ ਰਵੇ ਦਰਬਾਰ ਅੱਖੀਆਂ ਤਰਸ ਗਈਆਂ ਸਾਰੀ ਸਾਰੀ ਰਾਤ ਮੈਨੂੰ ਨਿੰਦਰਾ ਨਹੀਂ ਆਉਂਦੀਆਂ ਸੋਹਣੇ ਦੀਆਂ ਯਾਦਾਂ ਮੈਨੂੰ ਆਉਣ ਜਗਾਉਂਦੀਆਂ ਦਿਲ ਮੇਰਾ ਰੋਂਦਾ ਜ਼ਾਰੋ ਜ਼ਾਰ ਅੱਖੀਆਂ ਤਰਸ ਗਈਆਂ ਦਿਲ ਕਮਲਾ ਚੱਲਾ ਜ਼ਿੱਦ ਕਰਦਾ ਤੇ ਪੌਣਾ ਤਰ ਲੈ ਤੇ ਮਨ ਦਾ ਗੱਲ ਕੋਈ ਨਹੀਂ ਏ ਰੋ ਰੋ ਕੇ ਮੈਨੂੰ ਰੁਲਾ ਦੇਂਦਾ ਜਦੋਂ ਇਹਨੂੰ ਖੜਦਾ ਮਦੀਨੇ ਦੇ ਵੱਲ ਕੋਈ ਨਹੀਂ ਮੈਂ ਕਹਿਣਾ ਚੱਲਿਆ ਚੁੱਪ ਕਰ ਜਾ ਉਹ ਕਹਿੰਦਾ ਬਾਜ ਮਦੀਨੇ ਦੇ ਹੱਲ ਕੋਈ ਨਹੀਂ ਯਾ ਰਸੂਲ ਅੱਲਾ ਯਾ ਰਸੂਲ ਅੱਲਾ ਦੋ ਪੰਜਾਬੀ ਸ਼ਾਹ ਮਹਿਫਿਲ ਵਿੱਚ ਬੈਠਣ ਵਾਲਿਆਂ ਤੇ ਸ਼ੇਰ ਕਾਬਲੇ ਗੌਰ ਹੈ ਮਹਿਫਿਲ ਵਿੱਚ ਬੈਠਣ ਵਾਲਿਆਂ ਤੇ ਅੱਲਾ ਪਾਕ ਨੇ ਕਰਮ ਕਮਾਏ ਹੋਏ ਨੇ ਜਿਹੜੇ ਆਏ ਨੇ ਆਪ ਦੀ ਮਹਿਫਿਲ ਅੰਦਰ ਉਹ ਸਾਈਆਂ ਆਪੇ ਰੰਗ ਚੜਾਏ ਹੋਏ ਨੇ ਤੇ ਜਿਹੜੇ ਆਏ ਨੇ ਆਪ ਦੀ ਮਹਿਫਿਲ ਅੰਦਰ ਉਹ ਲਜਪਾਲ ਦੇ ਸਾਰੇ ਬੁਲਾਏ ਹੋਏ ਨੇ ਉਹ ਇੰਜ ਲੱਗਦਾ ਮੈਨੂੰ ਐ ਨਾ ਸਿਰ ਉਹ ਕੰਬਲੀ ਵਾਲੇ ਤਸ਼ਰੀਫ ਲਿਆਏ ਹੋਏ ਨੇ ਉਹ ਕੰਬਲੀ ਵਾਲੇ ਤਸ਼ਰੀਫ ਲਿਆਏ ਹੋਏ ਨੇ ਕੰਬਲੀ ਵਾਲੇ ਤਸ਼ਰੀਫ ਲਿਆਏ ਹੋਏ ਨੇ ਤੇ ਜਿਹਦੀ ਯਾਦ ਅਸੀਂ ਅੱਜ ਮਨਾ ਰਹੇ ਹਾਂ ਸ਼ੇਰ ਕਾਬਲੇ ਗੌਰ ਹੈ ਕਿ ਜਿਹਦੀ ਯਾਦ ਅਸੀਂ ਅੱਜ ਮਨਾ ਰਹੇ ਹਾਂ
ਤੇ ਜਿਹਦੇ ਲਈ ਇਹ ਸਾਰੀ ਗਲੀ ਸਜਾਈ ਗਈ ਏ ਰਸਤਾ ਵੇਖਦੇ ਰੇ ਜਿਦਾ ਨਬੀ ਸਾਰੇ ਉਹ ਹਸਤੀ ਤਸ਼ਰੀਫ ਲਿਆਈ ਹੋਈ ਏ ਤੇ ਸਦਿਆ ਕਦੇ ਹੋ ਜਿਹੜੇ ਉਹ ਆਏ ਬਦਲੀ ਨੂਰ ਦੀ ਮਹਿਫਲ ਤੇ ਛਾਈ ਹੋਈ ਏ ਹੋ ਨਾਸ਼ਰ ਸ਼ਾਹ ਮਹਿਫਲ ਕਰਾਈ ਜਾਂਦੇ ਉਹ ਡਿਊਟੀ ਜਿਨ੍ਹਾਂ ਦੀ ਹਜ਼ੂਰ ਨੇ ਲਾਈ ਹੋਈ ਏ ਉਹ ਡਿਊਟੀ ਜਿਨ੍ਹਾਂ ਦੀ ਹਜ਼ੂਰ ਨੇ ਲਾਈ ਹੋਈ ਏ ਉਹ ਡਿਊਟੀ ਜਿਨ੍ਹਾਂ ਦੀ ਹਜ਼ੂਰ ਨੇ ਲਾਈ ਹੋਈ ਏ ਸ਼ੇਰ ਕਾਬਲੇ ਗੌਰ ਕਿ ਮੰਜ਼ਿਲ ਉੱਤੇ ਵਸੀਲੇ ਬਗੈਰ ਯਾਰੋ ਨਾ ਕੋਈ ਖਾਸ ਪਹੁੰਚੇ ਨਾ ਕੋਈ ਆਮ ਪਹੁੰਚੇ ਤੇ ਬਿਨਾਂ ਕੋਡ ਮੋਬਾਈਲ ਬਗੈਰ ਯਾਰੋ ਕਿਸੇ ਜਗ੍ਹਾ ਤੇ ਕੋਈ ਨਾ ਪੈਗਾਮ ਪਹੁੰਚੇ ਤੇ ਕੋਹੇ ਤੂਰ ਤੇ ਪਿਆ ਰਾਬਤਾ ਕਰਨਾ ਹੋ ਮੂਸਾ ਕਹਿਣ ਜਦੋਂ ਕਲਾਮ ਪਹੁੰਚੇ ਹੋ ਟੈਲੀਫੋਨ ਬਗੈਰ ਜੇ ਪਹੁੰਚ ਸਕਦਾ ਹੋ ਯਾ ਦਰੂਦ ਪਹੁੰਚੇ ਯਾ ਸਲਾਮ ਪਹੁੰਚੇ ਯਾ ਦਰੂਦ ਪਹੁੰਚੇ ਯਾ ਸਲਾਮ ਪਹੁੰਚੇ ਹੋ ਯਾ ਦਰੂਦ ਪਹੁੰਚੇ ਯਾ ਸਲਾਮ